अज नवरात्यां दी शिवरात्रि हुई है, पहला दिन नवरात्यां दा, जिहड़े लोकां दे विच श्रद्धा भावना नवरात्यां नूं लै के उस विच लोकां दी भावना दे अनुसार अज पूजा भी चल रही है मंदरां दे विच। तुहानूं दिखावांगे वी मंदरां दे विच पूजा जिहड़ी चल रही है, लोकां दीआं भावनावां जिहड़ियां हैगीआं ਉਹ ਨਰਾਤਿਆਂ ਨੂੰ ਲੈ ਕੇ ਬਹੁਤ ਹੀ ਹੁੰਦੀਆਂ, ਜਿਹੜੀ ਉਹਨਾਂ ਦੀਆਂ ਮਨੋਕਾਮਨਾ ਜਿਹੜੀਆਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਅੱਜ ਅਸੀਂ ਇੱਕ ਤੁਹਾਨੂੰ ਸ਼ਖਸੀਅਤ ਨਾਲ ਮਿਲਾ ਰਹੇ ਹਾਂ ਜੋ ਕਿ ਗੋਲਡ ਮੈਸਟਰ ਸਾਡੇ ਸ਼ਾਸਤਰੀ ਜੀ ਸ਼੍ਰੀ ਅਕਸ਼ੈ ਕੁਮਾਰ ਜੀ, ਉਹਨਾਂ ਨਾਲ ਗੱਲਬਾਤ ਵੀ ਕਰਦੇ ਹਨ ਜਿਹੜੀ ਨਰਾਤਿਆਂ ਦੀ ਜੋ ਮਹੱਤਤਾ ਹੈ ਉਸ ਬਾਰੇ ਜਾਣਕਾਰੀ ਦਿੰਦੇ, ਨਰਾਤਿਆਂ ਜੋ ਕਿਉਂ ਰੱਖਣੇ ਚਾਹੀਦੇ ਹਨ ਅਤੇ ਇਸ ਦੀ ਕੀ ਮਹੱਤਤਾ ਹੈ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਸਾਰੇ ਭਾਰਤ ਵਰਸ਼ ਦਾ, ਪੂਰੀ ਦੁਨੀਆ ਨੂੰ ਨਵੇਂ ਸਾਲ ਦੀ ਵਧਾਈ। ਅੱਜ ਦੇ ਦਿਨ ਕੀ ਹੋਇਆ ਸੀਗਾ, ਸ੍ਰਿਸ਼ਟੀ ਦਾ ਆਰੰਭ ਹੋਇਆ ਸੀਗਾ। ਚੇਤਰ ਸ਼ੁਕਲ ਪ੍ਰਤੀਪਦਾ ਤਿਥੀ ਅਸ਼ਵਨੀ ਨਕਸ਼ਤਰ ਦੇ ਅੰਦਰ ਸ੍ਰਿਸ਼ਟੀ ਦਾ ਬਣਨਾ ਆਰੰਭ ਹੋਇਆ ਸੀਗਾ, ਇਸ ਕਰਕੇ ਅਸੀਂ ਨਵਰਾਤੇ ਮਨਾਉਂਦੇ ਹਾਂ। ਅੱਜ ਦੇ ਦਿਨ 9 ਦਿਨ ਜਿਹੜੇ ਹੈ ਇਹ ਸ਼ਕਤੀ ਦੇ ਪ੍ਰਤੀਕ ਹੈ, ਮਾਂ ਦੁਰਗਾ ਦੀ ਤਾਕਤ ਦੇ ਪ੍ਰਤੀਕ ਹੈ, ਅਰਥਾਤ ਸ਼ਕਤੀ ਮਾਤਰ ਮਾਂ ਦੁਰਗਾ। ਸਾਨੂੰ ਕਿਸੇ ਵੀ ਕੰਮ ਕਰਨ ਲਈ ਸ਼ਕਤੀ ਚਾਹੀਦੀ ਹੈ, ਤਾਕਤ ਚਾਹੀਦੀ ਹੈ, ਉਹ ਸਾਨੂੰ ਮਹਾਂ ਦੁਰਗਾ ਤੋਂ ਹੀ ਪ੍ਰਾਪਤ ਹੋ ਸਕਦੀ ਹੈ। ਇਸ ਲਈ ਨਾਰੀ ਔਰ ਦੁਰਗਾ ਸ਼ਕਤੀ ਦਾ ਪ੍ਰਤੀਕ ਹੈ। ਨਵਰਾਤੇ 9 ਦਿਨ ਜਿਹੜੇ ਹੈ ਉਹ ਮਾਂ ਦੁਰਗਾ ਭਗਵਤੀ ਦੀ ਪੂਜਾ ਪਾਠ ਦੇ ਲਈ, ਉਹਨਾਂ ਦੇ ਲਈ ਭਗਤੀ ਵਾਸਤੇ ਕੀਤੇ ਜਾਂਦੇ ਹੈ। ਜਿਸ ਮਨ ਸ਼ੁੱਧ ਮੰਨਦੇ ਨਾਲ ਅਸੀਂ ਇਹ ਭਗਤੀ ਕਰਦੇ ਉਹੀ ਸਾਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ। 9 ਦਿਨ ਲਗਾਤਾਰ ਮਾਂ ਭਗਵਤੀ ਦਾ ਪੂਜਨ ਹੁੰਦਾ, ਅਲੱਗ ਅਲੱਗ ਰੂਪਾਂ 'ਚ ਹੁੰਦਾ ਹੈ। ਕੰਨਿਆ ਪੂਜਨ ਹੁੰਦਾ ਵੈ, ਦੁਰਗਾ ਸ਼ਪਸ਼ਤੀ ਜਾਂ ਦੁਰਗਾ ਸਤੁਤੀ ਦਾ ਪਾਠ ਹੁੰਦਾ। ਕੁਛ ਲੋਕ ਸੰਸਕ੍ਰਿਤ ਨਹੀਂ ਜਾਣਦੇ ਤਾਂ ਉਹਨਾਂ ਲਈ ਦੁਰਗਾ ਸਤੁਤੀ ਪਾਠ ਕਰਨਾ ਆਪਣੇ ਘਰ ਦੇ ਵਿੱਚ ਜਾਂ ਮੰਦਰ ਜਾ ਕੇ ਇੱਕ ਸੁਣਨਾ ਬੜਾ ਅੱਛਾ ਰਹਿੰਦਾ ਹੈ। ਪਰ ਵਿਦਵਾਨ ਬ੍ਰਾਹਮਣ ਨੂੰ ਬੁਲਾ ਕੇ ਜਾਂ ਮੰਦਰ ਜਾ ਕੇ ਦੁਰਗਾ ਸਪਤਸ਼ਤੀ ਦਾ ਪਾਠ ਜੋ ਸੰਸਕ੍ਰਿਤ 'ਚ ਹੁੰਦਾ ਉਹਦਾ ਸੁਣਨਾ ਵੀ ਬੜਾ ਲਾਭਦਾਇਕ ਹੁੰਦਾ। ਫਿਰ 8ਵੇਂ ਜਾਂ 9ਵੇਂ ਦਿਨ ਰੀਤੀ ਅਨੁਸਾਰ ਹਵਨ ਹੁੰਦਾ, ਹਵਨ ਤੋਂ ਬਾਅਦ ਫਿਰ ਕੰਨਿਆ ਪੂਜਨ ਹੁੰਦਾ ਹੈ, ਔਰ ਕੰਨਿਆ ਪੂਜਨ ਕਰਨ ਤੋਂ ਬਾਅਦ ਨਵਰਾਤਰਾ ਦਾ ਪੂਰਨ ਫਲ ਮਿਲਦਾ ਹੈ। ਕਾਰਨ ਕਿ ਇਸ ਸਮੇਂ ਇੱਕ ਨਵਾਂ ਸਾਲ ਆਰੰਭ ਹੁੰਦਾ, ਨਵੀਂ ਰੁੱਤ ਦਾ ਆਰੰਭ ਹੁੰਦਾ ਵੈ, ਨਵੀਂ ਨਵੀਂ ਫਸਲਾਂ ਆ ਜਾਂਦੀਆਂ, ਨਵਾਂ ਅੰਨ ਆਉਂਦਾ ਹੈ। ਇਸ ਲਈ ਨਵੇਂ ਅੰਨ ਨੂੰ ਅਸੀਂ ਮਾਂ ਭਗਵਤੀ ਦੇ ਪ੍ਰਤੀ ਅਰਪਣ ਕਰਦੇ ਹਾਂ ਔਰ ਸੋਚਦੇ ਕਿ ਪੂਰਾ ਸਾਲ ਸਾਡਾ ਖੁਸ਼ੀ ਨਾਲ ਬਤੀਤ ਹੋਵੇ। ਇਸ ਦੇ ਵਿੱਚ ਅਗਰ ਦੂਸਰੇ ਦਿਨ ਚੰਦਰਮਾ ਦੇਖਿਆ ਜਾਵੇ, ਯਾਨੀ ਦੂਸਰੇ ਨਰਾਤੇ ਨੂੰ ਅਗਰ ਚੰਦਰਮਾ ਦਿਖਾਈ ਦੇ ਤਾਂ ਕਹਿੰਦੇ ਕਿ ਪੂਰਾ ਸਾਲ ਹੀ ਬੜਾ ਖੁਸ਼ੀ ਨਾਲ ਗੁਜ਼ਰਦਾ, ਕੋਈ ਤਕਲੀਫ ਕਸ਼ ਨਹੀਂ ਆਉਂਦੀ। ਠੀਕ ਇਸੇ ਤਰ੍ਹਾਂ 6 ਮਹੀਨੇ ਫਿਰ ਰੁੱਤ ਬਦਲਦੀ ਹੈ, ਦੂਸਰੀ ਵਾਰ ਨਵਰਾਤਿਆਂ ਦੇ, ਉਹ ਵੀ ਸ਼ਕਤੀ ਪ੍ਰਤੀਕ ਹੈ। ਔਰ ਇਹ ਦੋਨੋਂ ਸ਼ਕਤੀ ਪ੍ਰਤੀਕ ਹੀ ਹੈ ਕਿ ਭਗਵਾਨ ਰਾਮ ਦੇ ਪ੍ਰਤੀ ਸਮਰਪਿਤ ਹੈ। ਸ਼ਿਵਰਾਤਰੀ ਦੇ ਵਰਤ ਕਰਨ ਵਾਲੇ ਨੂੰ ਨਵਰਾਤੇ ਦੇ ਅੰਤਿਮ ਦਿਨ ਰਾਮਨੌਮੀ ਦਾ ਵਰਤ ਵੀ ਰੱਖਣਾ ਚਾਹੀਦਾ, ਤਾਂ ਹੀ ਉਹਨਾਂ ਨੂੰ ਸ਼ਿਵਰਾਤਰੀ ਵਰਤ ਦਾ ਫਲ ਮਿਲਦਾ ਹੈ। ਔਰ ਭਗਵਾਨ ਰਾਮ ਦਾ ਜਨਮ ਹੈ, ਇਸ ਲਈ ਇਹ ਨਵਰਾਤੇ ਹੋਰ ਵੀ ਬੜੇ ਪੁੰਨਦਾਇਕ ਔਰ ਸੁਖਦਾਇਕ ਹੁੰਦੇ ਹੈ। ਇਸ ਨੂੰ ਕਰਨ ਦੇ ਨਾਲ ਮਨੋਕਾਮਨਾ ਪੂਰਨ ਹੁੰਦੀ ਹੈ, ਸਵਰਗ ਆਦਿ ਮੋਕਸ਼ ਆਦਿ ਪ੍ਰਾਪਤੀ ਹੁੰਦੀ ਹੈ। ਬਿਲਕੁਲ ਜੀ, ਇਹਨਾਂ ਦਾ ਕਹਿਣਾ ਹੈਗਾ ਜਿਹੜੇ ਨਵਰਾਤੇ ਬਹੁਤ ਸ਼ਕਤੀਸ਼ਾਲੀ ਹੁੰਦੇ ਆ, ਸਾਨੂੰ ਰੱਖਣੀ ਚਾਹੀਦੀ ਹੈ, ਪਾਠ ਪੂਜਾ ਕਰਨੀ ਚਾਹੀਦੀ ਹੈ। ਜੋ ਨਵਰਾਤਰੇ ਸ਼ਿਵਰਾਤਰੀ ਦਾ ਜੋ ਵਰਤ ਰੱਖਦੇ ਆ ਉਹਨਾਂ ਲਈ 9ਵੀਂ ਦਾ ਜਿਹੜਾ ਵਰਤ ਆ ਉਹ ਵੀ ਰੱਖਣਾ ਬਹੁਤ ਜ਼ਰੂਰੀ ਹੈ, ਜੋ ਇਹ ਬਹੁਤ ਹੀ ਲਾਭਦਾਇਕ ਹੁੰਦਾ ਹੈ। ਆਓ ਗੱਲਬਾਤ ਕਰਦੇ ਹਾਂ ਹੋਰ ਭਗਤਾਂ ਨਾਲ ਵੀ, ਉਹਨਾਂ ਦਾ ਕੀ ਕਹਿਣਾ। ਤੁਸੀਂ ਦੇਖਿਆ ਸੀ ਤਸਵੀਰਾਂ ਮੰਦਰ ਦੇ ਵਿੱਚ ਜੋ ਭਗਤਾਂ ਵੱਲੋਂ ਪੂਜਾ ਕੀਤੀ ਹੈ, ਹੁਣ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਜਿਹੜੀਆਂ ਪੂਜਾ ਕੀਤੀ ਉਹਨਾਂ ਨੇ। ਤੁਸੀਂ ਇੱਥੇ ਮੰਦਰ ਦੇ ਵਿੱਚ ਪੂਜਾ ਕੀਤੀ, ਨਵਰਾਤਾ ਪਹਿਲਾਂ ਹੈਗਾ, ਤੁਸੀਂ ਕੀ ਕਹਿਣਾ ਚਾਹੁੰਦੇ ਸਰ? ਹਾਂਜੀ, ਜੈ ਮਾਤਾ ਦੀ ਸਾਰਿਆਂ ਨੂੰ ਅਤੇ ਨਵੇਂ ਸਾਲ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਵੇ ਜੀ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਮਾਤਾ ਦੇ ਨਰਾਤੇ ਹੈ ਚੈਤ ਮਹੀਨੇ ਦੇ ਬੜੇ ਹੀ ਸ਼ੁਭ ਮੰਨੇ ਜਾਂਦੇ ਹਨ। ਰਾਮਨੌਮੀ ਨੂੰ ਰਾਮਚੰਦਰ ਜੀ ਦਾ ਜਨਮ ਹੋਇਆ ਸੀ, ਇਸ ਕਰਕੇ ਉਹ ਦਿਨ ਵੀ ਬਹੁਤ ਵੱਡਾ ਮੰਨਿਆ ਜਾਂਦਾ, ਉਹ ਭਾਰੀ ਉਤਸਵ ਹੁੰਦਾ। ਮੰਦਰਾਂ 'ਚ ਬੜੀ ਰੌਣਕਾਂ ਲੱਗਦੀਆਂ ਨੇ ਅਤੇ ਮੰਦਰਾਂ ਨੂੰ ਬਹੁਤ ਸੋਹਣੀ ਤਰ੍ਹਾਂ ਸਜਾਇਆ ਜਾਂਦਾ ਹੈ। ਘਰਾਂ ਵਿੱਚ ਵੀ ਸਾਰੇ ਜਣੇ ਪਹਿਲੇ ਦਿਨ ਮੰਦਰ ਦੀ ਸਾਫ਼ ਸਫਾਈ ਕਰਕੇ ਜੋਤ ਬੱਤੀ ਮਤਲਬ ਕਰਦੇ ਹਨ, ਕਈ ਘਰਾਂ 'ਚ ਅਖੰਡ ਜੋਤ ਵੀ ਜਗਾਉਂਦੇ ਹਨ, ਖੇਤਰੀ ਵੀ ਪੂਜਦੇ ਹਨ ਅਤੇ ਸਭ ਆਪਣੀ ਆਪਣੀ ਮਨੋਕਾਮਨਾ ਮਾਤਾ ਰਾਣੀ ਅੱਗੇ ਰੱਖਦੇ ਹਨ ਅਤੇ ਉਹਨਾਂ ਨੂੰ ਪਤਾ ਹੈ ਕਿ ਮਾਤਾ ਰਾਣੀ ਨੇ ਉਹਨਾਂ ਦੀ ਮਨੋਕਾਮਨਾ ਜ਼ਰੂਰ ਪੂਰੀ ਕਰਨੀ ਹੈ। ਇਸ ਕਰਕੇ ਉਹਨਾਂ ਦੇ ਮਨ ਵਿੱਚ ਬਹੁਤ ਭਾਵ ਹੁੰਦੇ ਹੈ ਅਤੇ ਮਾਤਾ ਰਾਣੀ ਉਹਨਾਂ ਦੀ ਮਨੋਕਾਮਨਾ ਸਭ ਦੀਆਂ ਪੂਰੀਆਂ ਕਰਦੀਆਂ ਹਨ। ਜੈ ਮਾਤਾ ਦੀ। ਤੁਸੀਂ ਵੀ ਇੱਥੇ ਪੂਜਾ ਅਰਚਨਾ ਕੀਤੀ ਹੈਗੀ ਆ, ਤੁਸੀਂ ਜਿਹੜੇ ਨਵਰਾਤਰੇ ਹੈਗੇ ਆ, ਜਿਹੜੇ 2-3 ਨਵਰਾਤਰੇ ਹੁੰਦੇ ਆ, ਸ਼ਕਤੀ ਵਾਸਤੇ ਤੁਸੀਂ ਕਹਿਣਾ ਚਾਹੁੰਦੇ ਹੋ? ਹਾਂਜੀ, ਜੈ ਮਾਤਾ ਦੀ ਜੀ। ਮੈਂ ਇਹ ਕਹਿਣਾ ਚਾਹੁੰਦੀ ਕਿ ਹਰ ਕਿਸੇ ਨੂੰ ਵਰਤ ਰੱਖਣਾ ਚਾਹੀਦਾ ਵੈ, ਲੇਕਿਨ ਅੱਜ ਕੱਲ੍ਹ ਆਪਾਂ ਕਹਿ ਦਿੰਦੇ ਆਪਣੇ 'ਚ ਹਿੰਮਤ ਨਹੀਂ ਹੈ ਵਰਤ ਰੱਖਣ ਦੀ। ਚਲੋ 2 ਰੱਖ ਲਓ, ਘੱਟੋ ਘੱਟ 2 ਰੱਖ ਲਓ, ਹੈ ਨਾ। ਵਰਤ ਹਮੇਸ਼ਾ ਰੱਖਣੇ ਚਾਹੀਦੇ ਆ ਅਤੇ ਅਸ਼ਟਮੀ ਨੂੰ ਕੰਜਕਾਂ ਕਰਕੇ ਮਾਤਾ ਤੋਂ ਜੋਤ ਕਰੋ, ਮਾਤਾ ਦੀ ਮੱਥਾ ਟੇਕੋ, ਮਾਤਾ ਸਭ ਕੁਛ ਦਿੰਦੀ ਹੈ। ਬੜੀ ਖੁਸ਼ੀ ਨਾਲ ਮਤਲਬ ਨਵਰਾਤੇ, ਸਾਰੇ ਨਵਰਾਤੇ ਬਹੁਤ ਖੁਸ਼ੀ ਖੁਸ਼ੀ ਬੀਤਣ ਸਭ ਦੇ, ਇਹੀ ਮਨੋਕਾਮਨਾ ਹੈ। ਜੈ ਮਾਤਾ ਦੀ। ਬਿਲਕੁਲ ਜੀ, ਇਹਨਾਂ ਦਾ ਕਹਿਣਾ ਜਿਹੜੇ ਨਵਰਾਤਰੇ ਆ, ਚਾਹੇ ਤੁਸੀਂ 2 ਰੱਖੋ ਪਰ ਸ਼ਰਧਾ ਭਾਵਨਾ ਰੱਖੋ, ਜਿਹੜੀ ਮਾਤਾ ਰਾਣੀ ਆ ਸਭ ਦੀ ਸ਼ਰਧਾ ਪੂਰੀ ਕਰਦੀ ਹੈ। 9ਵੀਂ ਜਿਹੜੇ ਸ਼ਿਵਰਾਤਰੀ ਰੱਖਦੀ ਹੈ, 9ਵੀਂ ਦਾ ਤਿਉਹਾਰ ਕਹਿੰਦੇ, ਉਹਨਾਂ ਲਈ ਬਹੁਤ ਜ਼ਰੂਰੀ ਹੁੰਦਾ, ਤੁਸੀਂ ਉਸ ਬਾਰੇ ਕਹਿਣਾ ਚਾਹੁੰਦੇ? ਹਾਂਜੀ ਹਾਂਜੀ, ਨਵਰਾਤਰੇ ਤਾਂ
अज कल तुसी देखिए कि छोटे छोटे जिहड़े बच्चे हैगे है क्योंकि सब तो ईजी मन्ने जाते हैं कि नवरात्रे जिहड़े होंदे सब तो ईजी मन्ने जाते हैं और छोटे छोटे स्कूल की बच्चियां हैगी हैं ये भी नवरात्रे रखदी हैं क्योंकि इहदे विच ये नहीं होंदा कि आपां ये नहीं खाना क्योंकि सिर्फ ये अज कल तो मार्केट के भी तुसी देखिया होना कि बहुत कुछ नवरात्रियां दी बड़ी आइटम्स जिहड़ियां चीज़ां खाण पीन दी चीज़ां हैगियां बहुत मिलदी है तो बड़ी श्रद्धा भावना नाल जिहड़े बच्चे रख रहे हैं लेडीज़ रख रही है कई जिहड़े माता पिता होंदे है बुजुर्ग होंदे है वह कह देंदे असीं वर्त नहीं रख सकते किसी का बी पी लो हुंदा किसी का बी पी हाई हुंदा तो उन्होंने यही लगता है कि असीं वर्त किवें रखिए या वर्त नहीं रख सकते लेकिन भावना नाल अगर तुसीं भावना दे नाल ए अपने मन नूं संकल्प ले लैंदे हो कि 9 दिनां दे विच अगर वो प्याज़ लसन दा यूज़ नहीं करते और माता राणी दे अखंड जोत जगा के भी तुसीं वैसे जोत जगा के भी इस नूं उस हिसाब नाल रख सकते हो कि अगर तुसीं एक टाइम का खाना भी खाना है तुसीं दो टाइम भी खाना खा सकते हो इहदे विच ए हुंदा है कि मेन ए हुंदा कि तुहाड़ी भावना ते ए डिपेंड करदा है कि तुहाड़ी भावना किन्नी है नहीं तो कई बार ऐ भी आपां देखण चाहिया कि भावना हुंदी नहीं तो वह वर्त रखदी है लेकिन वह वर्त नहीं वह चरित बन जाता है क्योंकि वो देखते कि नवरात्रियां दे विच खाण पीन जिहड़ियां आइटमां हैगियां बहुत ज़्यादा मात्रा दे विच आउंदियां वो की कहिंदे सारा समान ही घरे लैंदे आ और सुबह तो लैके शाम तक खाते रहिंदे आ लेकिन मैं यही कहूँगी तुसीं वर्त चाहे एक रखो चाहे दो रखो चाहे चार रखो या सारे रखो चाहे तुसीं नहीं रखिया जाता तुसानूं कोई प्रॉब्लम है तुसीं वर्त ना रखो लेकिन तुहाडियां भावना जिहड़ियां हैगियां इह माता राणी दे नाल हमेशा तुहाडे नाल जुड़ियां रहनियां चाहीदियां धन्यवाद जय माता बिल्कुल जी इन्हों का जो कहना जो वर्त चाहे तुम एक रखो चाहे दो रखो पर जो भावना ना रखो जी मनोकामना पूरी हो सको साढ़े कबीर जी कड़े तुम सारे इतने मंदिर पूजा पहुंचो की कहना चाहते सब तो पहला सारे जय माता दी और माता रानी की कृपा नव दुर्गा जी की कृपा इस पावन नवरात्रे के मौके पर थोड़े सारे उत्ते सारे भगतों के उत्ते सारे देश के उत्ते सारी दुनिया के उत्ते माता का आशीर्वाद बने रहे और अपने भारतीय के अनुसार जिहड़ा 2080 नव वर्ष शुरू हो चुकिया वै और इस संवत्सर का नाम है पिंगल संवत्सर और इस संवत्सर के जिहड़े राजा वै बुध है मंत्री है शुक्र है और इसलिए इस और नव वर्ष के मौके दे विच भी मैं सारा नूं यह संदेश देना चाहूँगा कि आपां सब नूं नवरात्रे इस पावन मौके पर व्रत रखने चाहिए है और व्रत का रखना सिर्फ खाना पीना छड़ना ही नहीं होंदा गा आपां आम तौर पर एक धारणा बना ली है कि खाना पीना छड़ता और व्रत साडा संपूर्ण हो गया व्रत का संपूर्ण अर्थ है अपने इंद्रिया पर काबू करना हुण मान लो आपां व्रत का रख्या होया खाना पीना भी छड्या होया पर ध्यान साडा खाण पीन दे विच ही है ध्यान साडा पैसे वाले पासे ही है ध्यान साडा दुनियादारी वाले पासे ही है ध्यान साडा किसी निंदा करने वाले पासे ही है तो वह व्रत का उस सही वास्तविक अर्थ के विच व्रत नहीं हैगा गा इसलिए व्रत का मतलब है अपनी इंद्रियों को कंट्रोल करना अपने क्रोध को कंट्रोल करना अपनी वासनावां ते अपनी इच्छावां ते कंट्रोल करना और इसलिए सब नू एक मेरा संदेश है एज ए मंदिर के पुजारी पंडित जी के बेटे होने के नाते कि सारे हिंदुओं नू सारे भारतीयों नू माता राणी दे इन्हां व्रतां दा जरूर ही इन्हां नू अपने घरां दे विच रखना चाहिए वै आप भी रखो और अपने परिवारिक सदस्यों नू भी अपने आवाहन करिए कि आपां व्रत रखिए और देखो साडा धर्म एक इहो जिहा अनोखा धर्म है जिहदे विच देवियां दी जिन्नी महत्वता वै उस तो ज़्यादा देवत्या नालों ज़्यादा महत्व तो देवी दी कल शंकर जी का नाम लिता जाता गौरी शंकर नाम लिता जाता है कल कृष्ण जी का नाम लिता राधा कृष्ण जी का नाम लिता जाता है कल राम जी का नाम लिता सीता राम लिता जाता कल लक्ष्मी नारायण बोलिया जाता है इसलिए साडा सनातन धर्म एक महान धर्म है जिहदे विच देवत्या नालों ज़्यादा देवियां नूं महत्व दी गई है इसलिए नवरात्रिया के पावन मौके के अवसर पर एक बार सारयां नूं बहुत बहुत शुभकामनावां जय माता दी बिल्कुल जी इन्हों का कहना हैगा देवियों की महत्ता बहुत दी जाती है जिहड़े आपां नूं जिहड़े देवियों त्यौहार आ वह भी जिहड़े हैगे मनाने चाहिए जिहड़े वर्त जरूर रखने चाहिए है सारयां नूं नवे साल 2080 दीआं मुबारकां दिंदे होए असीं सारयां दी जिहड़ी इच्छावां जो इन्हां दी हैगियां माता राणी दे उप्पर जो इन्हां दीआं भावनावां हैगियां उन्हां नूं संपूर्ण करे मोगा तो संजीव कुमार अरोड़ा फैक्ट न्यूज़ मोगा